ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ, ਅੱਜ ਦੂਜੀ ਮਸ਼ੀਨ ਤਾਂ ਆਪਣੀ ਹੈ ਨਾ, ਉੱਦਾਂ ਦੀ ਪਰਮਾਨੈਂਟ ਚੱਲਦੀ ਉਹ ਆ, ਬਾਕੀ ਏ ਸੀ ਵਾਲੀ ਵੀ ਹੈ ਨਾ, ਥੋੜ੍ਹੇ ਜਿਹੇ ਮੂਰਤ ਜਿਹੜਾ ਕਰਿਆ ਹੋਇਆ, ਵੈਸੇ ਵੱਢੇ ਹੋਏ ਨੇ 10-12 ਕਿੱਲੇ ਵੱਢ ਗਏ, ਹੈ ਨਾ। ਮਾਇਰ ਕੀ ਕੰਮ ਦੀ ਕੋਈ ਸਮਝ ਨਹੀਂ ਲੱਗਦੀ, ਪਤਾ ਨਹੀਂ ਤਾਂ ਵੀ ਮੱਕੀ ਲੇਟ ਹੋ ਗਈ ਜਾਂ ਫਿਰ ਵੀ ਜ਼ਿਮੀਂਦਾਰ ਭਰਾ ਇਹ ਆਪਣੇ ਐਡਵਾਂਸ ਹੋ ਗਏ, ਹੈ ਨਾ, ਵੀ ਝੋਨੇ ਜੀ ਰੇਟ ਪਹਿਲਾਂ ਮਿਲਣ ਕਰਕੇ ਥੋੜ੍ਹੀ ਜਿਹੀ ਜਿੱਥੇ ਮਸ਼ੀਨ ਲਾਉਂਦੇ ਹਾਂ, ਹੈ ਨਾ, 3-4 ਘਰਾਂ ਦੇ ਕੱਟ ਲਾ ਕੇ ਛੱਡਿਆ ਹੋਇਆ ਵੀ ਹਰੀ ਨਿਕਲ ਜਾਂਦੀ, ਹੈ ਨਾ ਬਈ। ਮਸ਼ੀਨ ਦੇ ਵਿੱਚ ਆਪਾਂ ਕਈ ਬੰਦੇ ਕਹਿੰਦੇ ਹਾਂ ਮਸ਼ੀਨ ਟੋਟਾ ਕਰਦੀ ਆ, ਟੋਟਾ ਬਈ ਮਸ਼ੀਨ ਕੀ ਕਰੂਗੀ, ਹੈ ਨਾ, ਹਰੀ ਦੇ ਮੱਕੀ ਦੇ ਵਿੱਚ। ਹੁਣ ਆਹ ਦੇਖੋ ਜਿਹੜੀ ਅਸਲੀ ਛੱਲੀ ਦੀ ਮੱਕੀ ਦੀ ਬੜਾਈ ਆ, ਐਂ ਛੱਲੀ ਲੁਟਕਣੀ ਚਾਹੀਦੀ ਹੈ, ਦੇਖਣਾ ਆਹ ਲੁਟਕੀ ਹੋਈ ਆ, ਦੇਖੋ ਇੱਧਰ, ਹੈ ਨਾ, ਪੂਰੀ ਛੱਲੀ ਦੇਖੋ ਥੱਲੇ ਲੁਟਕੀ, ਤਾਂ ਮਤਲਬ ਇਹ ਮੱਕੀ ਪੂਰੀ ਪੱਕੀ ਆ, ਲਟਕਣ ਵਾਲਾ ਤਾਂ ਬਈ ਕੰਮੇ ਨਹੀਂ ਹੈਗਾ ਐਤਕੀ। ਐਤਕੀ ਤਾਂ ਐਂ ਕਹਿੰਦਾ ਵੀ ਚੱਕ ਦੇਗਾ ਮੈਨੂੰ, ਬਸ ਹਰਾ ਪੜਦਾ ਹੀ ਨਿਬੇੜ ਪਰੇ, ਬਾਕੀ ਅੱਜ ਏ ਸੀ ਵਾਲੀ ਤਾਂ ਲੱਗਿਆ ਮੂਹਰਤ ਕਰਨ ਆਪਣੇ ਵਾਲੇ ਦਾ ਕੱਲ੍ਹ ਨੂੰ, ਹੈ ਨਾ, ਬਸ ਹੁਣ ਤਾਂ ਲਗਭਗ ਸਾਰੀਆਂ ਚੱਲ ਪੈਣਗੀਆਂ। ਬਾਕੀ ਬਈ ਮਸ਼ੀਨ ਸੀਜ਼ਨ ਜਿਹੜਾ, ਹੈ ਨਾ, ਮੱਕੀ ਦਾ ਵੀ ਕਣਕ ਦੇ ਵਾਂਗੂ ਇੱਧਰ ਸੁਲਤਾਨਪੁਰ ਕਨੀ ਨੂੰ, ਕਈਆਂ ਨੂੰ ਆਪਣੇ ਵੀਡੀਓ ਦੇਖਣ ਵਾਲਾ ਬਾਈ ਆਪਣੇ ਯਾਰ ਮਿੱਤਰ, ਹੈ ਨਾ, ਫੋਨ ਲਾਈਦਾ ਤਾਂ ਬਸ ਐਂ ਕਹਿੰਦੇ ਕਹਿੰਦੇ ਬਾਈ ਯਾਰ ਪੁੱਛਣਾ ਕੁਛ ਵੀ, ਮਸ਼ੀਨ ਇੰਨੀ ਜ਼ਿਆਦਾ ਆ ਗਈ ਵੀ 50 ਕਿੱਲੇ ਇਕੱਠੇ ਆ, ਉੱਥੇ ਲੋਕ 3500 ਨੂੰ ਵੱਢਣ ਨੂੰ ਤਿਆਰ ਆ, ਤੁਸੀਂ ਹਿਸਾਬ ਲਾ ਲਓ ਬਹੁਤ, ਹੈ ਨਾ, ਰੇਟ ਦਾ ਜਿਹੜਾ ਉਹ ਵੀ ਕਰਦੇ ਆ। ਚਲੋ ਬਾਕੀ ਜਿਹਦੀ ਚੱਲਦੀ ਆ, ਹੈ ਨਾ, ਅਗਲਾ ਕਹਿੰਦਾ ਸਾਡੀ ਚੱਲ ਜਾਵੇ, ਬਾਕੀ ਇਹ ਅੱਜ ਦੂਜੇ ਨੰਬਰ 'ਤੇ ਇਹ ਚੱਲ ਜੂਗੀ, ਕੱਲ੍ਹ ਨੂੰ ਫਿਰ ਲਗਾਤਾਰ ਆਪਣੀ ਚੱਲਦੀ ਰਹੂਗੀ, ਹੈ ਨਾ। ਕੁਛ ਲੇਬਰ 'ਤੇ ਚਲਾਵਾਂਗੇ, ਦੇਖ ਕੇ ਆਉਂਦਾ ਕੁਛ ਏਰੀਆ ਗਿਰਿਆ ਜਾਵੇ, ਫਿਰ ਮੈਂ ਕਿਹਾ ਵੀ ਕੋਈ ਗੱਲ ਲੇਬਰ ਨਾਲ ਕੱਢ ਲਾਂਗੇ, ਬਾਕੀ ਕੁਛ ਖੜਾ ਖੜਾ ਇਹਨਾਂ ਨਾਲ ਨਿਬੇੜੀ ਜਾਵਾਂਗੇ, ਨਾ। ਚਲੋ ਆਪਣੀ ਬਾਈ ਇਹਨਾਂ ਦਾ ਕੰਮ ਨਹੀਂ ਰੁਕਣਾ ਚਾਹੀਦਾ, ਮੇਰੀ ਭਾਵੇਂ ਖੜ ਵੀ ਜਾਵੇ ਤਾਂ ਵੀ ਕੋਈ ਫਰਕ ਨਹੀਂ ਨਾ, ਕਿਉਂ ਅਗਲੇ ਦੇ ਆਪਾਂ ਪੈਸੇ ਲੈਣੇ ਬਾਈ, ਜੇ ਮੈਂ ਆਪਣੀ ਕਹਿੰਦੀ ਦੇਖਣ ਲੱਗ ਜਾਵਾਂ ਇਹਨਾਂ ਦੇ ਖੜੀਆਂ ਰਹਿ ਜਾਣ, ਉਹ ਵੀ ਗੱਲ ਗਲਤ ਆ, ਹੈ ਨਾ। ਚਲੋ ਵੀ ਐਮ ਜਿੰਨਾ ਕੁ ਵਿੱਚ ਨੂੰ ਮਿਲ ਗਿਆ 100 ਕਿੱਲੇ ਹੋ ਗਿਆ, ਉਹ ਵੀ ਬਹੁਤ ਆਪਣਾ, ਤਾਂ ਆਪਾਂ ਕਿਹੜਾ ਕਿਸ਼ਤ ਦੇਣੀ, ਹੈ ਨਾ। ਚਲੋ ਕਰਦੇ ਹਾਂ ਫਿਰ ਤਾਂ ਮੂਰਤ ਅੱਜ ਏ ਸੀ ਵਾਲੀ ਦਾ ਦਿਖਾਉਂਦੇ ਹਾਂ ਫਿਰ ਤੁਹਾਨੂੰ। ਹਾਂ, ਮੱਕੀ ਦੇ ਗਲੇ ਵੱਢ ਕੇ ਗਏ ਤੇ ਉੱਦਾਂ ਨਾ, ਇੱਥੇ ਆ ਕੇ ਕਟਰ ਪਾਇਆ, ਇਹ ਵੱਢਣੀ ਅੱਜ ਬੱਗੇ ਦੇ ਭਰਾ ਦੇ ਕਾਲੇ ਦੇ ਕਟਰ ਨਵਾਂ, ਹੈ ਨਾ, ਇਹਦੇ ਵਿੱਚ ਜਿਹੜੀਆਂ ਚੁੰਝਾਂ ਥੋੜ੍ਹੀਆਂ ਜਿਹੀਆਂ ਲੰਬੀਆਂ ਕਰਤੀਆਂ। ਬਾਈ ਆ ਜਾ ਥੱਲੇ, ਇਹ ਬਾਈ ਨਵਾਂ ਭਰਤੀ ਕਰਿਆ ਇੱਕ ਮੌਲੀ, ਕਿੱਦਾਂ ਹੈਂ ਕਿਆ, ਇਹ ਬਾਈ ਨਵਾਂ ਭਰਤੀ ਕਰਿਆ, ਕਿਹੜਾ ਪਿੰਡ ਆ ਬਾਈ ਤੇਰਾ? ਲੋਹੀਆਂ। ਇਹ ਯਾਰ ਲੋਹੀਆਂ ਇੱਧਰ ਨਹੀਂ ਹੈਗਾ, ਕਿਹੜਾ ਉੱਥੇ ਰੂਪੇ ਵਾਲੇ ਦੇ ਅੱਗੇ, ਹੈਂ ਸੁਲਤਾਨਪੁਰ ਲੋਧੀ ਕੋਲ, ਠੀਕ ਆ ਠੀਕ। ਮੈਂ ਤਾਂ ਤੁਹਾਨੂੰ ਦੇਖੋ ਉੱਧਰ ਵਾਲੇ ਪਾਸੇ ਏਰੀਆ ਸਮਝੀ ਜਾਂਦਾ। ਇਹ ਬਾਈ ਨੂੰ ਏ ਸੀ ਵਾਲੀ ਜਿਹਨੂੰ ਦੇਵਾਂਗੇ ਮੌਲੀ, ਇਹਨੂੰ ਪਤਾ ਨਹੀਂ ਕੀ ਚੱਕਰ ਆ, ਡਰਦੇ ਹਾਂ, ਪਤਾ ਨਹੀਂ ਰੱਬ ਜਾਣੇ ਕੀ ਆ। ਬਾਕੀ ਚਲੋ ਕਟਰ ਪਾ ਲਿਆ, ਕਟਰ ਪਾਉਣ ਤੋਂ ਬਾਅਦ, ਹੈ ਨਾ, ਚੱਕ ਕੇ ਹੁਣ ਉਹ ਸਾਹਮਣੇ ਖੇਤ ਲਾਉਣਾ, ਕਰਦੇ ਹਾਂ ਇਹਦੀ ਸੈਟਿੰਗ ਵੀ, ਹੈ ਨਾ, ਅੱਜ ਇਹਦੇ ਦੇਖਦੇ ਹਾਂ ਮੱਕੀ ਸੁੱਕੀ ਆ ਜਾਂ ਗਿੱਲੀ ਆ, ਵੀ ਸੈਟਿੰਗ ਮੈਟਿੰਗ ਕਰਕੇ ਫਿਰ ਨਾ ਦੇਖਦੇ ਹਾਂ, ਦੂਈ ਵੀ ਲਿਆਉਂਦੇ ਹਾਂ ਆਪਣੀ ਦਸ਼ਮੇਸ਼ ਵੀ ਇਹਦੇ ਖੇਤ 'ਚ ਚੈੱਕ ਕਰ ਲੈਂਦੇ ਉਹਨੂੰ ਵੀ। ਭਾਜੀ ਬਾਈ ਚਲਾਤੀ ਏ ਸੀ ਵਾਲੀ ਵੀ ਅੱਜ, ਹੈ ਨਾ, ਵੀਡੀਓ ਤੁਹਾਨੂੰ ਅੱਜ ਦਿਖਾਉਣ ਲੱਗੇ ਹਾਂ, ਵੈਸੇ ਦੂਜਾ ਕਿਹੜਾ ਲੱਗ ਗਿਆ, ਕਿਉਂ ਬਾਈ ਆਇਆ ਨਾ ਉੱਦਣ ਦੇ, ਹੈ ਨਾ, ਥੋੜ੍ਹੇ ਜਿਹੇ ਤੁਹਾਨੂੰ ਪਤਾ ਵੀ ਕੰਮ ਥੋੜ੍ਹਾ ਸਿਸਟਮ ਜ਼ਿਆਦਾ ਉੱਧਰ, 4 ਵਾਲੀ ਮਸ਼ੀਨ ਦਾ ਵੀ, ਹੈ ਨਾ, ਮੇਰੇ ਰਿਪੇਅਰ ਰਪੂਰ ਕਰਕੇ ਵੀ ਜੇ ਉਹ ਚਲਾਈ, ਹੈ ਨਾ, ਵਿੱਚ ਸ਼ੋਰਟ ਉਹਦਾ ਲਾਊਂਗਾ, ਉਹਦਾ ਮੂਹਰਤ ਕਰਿਆ ਕੱਲ੍ਹ, ਉਹਦਾ ਮੱਥਾ ਟੇਕਿਆ ਵੀ ਸਾਡਾ ਹਫ਼ਤਾ ਦਾ 1-10 ਦਿਨ ਤਾਂ ਘੱਟੋ ਘੱਟ ਬਾਈ ਮੂਹਰਤ ਕਰਨ 'ਚ ਲੰਘ ਜਾਂਦਾ, ਹੈ ਨਾ, ਮੇਰੇ ਕਿ ਤੁਹਾਨੂੰ ਪਤਾ ਹੀ ਆਪਣਾ ਸਾਰਾ ਸੰਦਾ ਬੰਦਾ ਨਾ, ਆਪਾਂ ਆਪਣਾ ਸਮਝ ਕੇ ਚਲਾਈਦਾ ਹੀ ਨਹੀਂ, ਕਦੇ ਸੋਚਿਆ ਵੀ ਉਹਨਾਂ ਦਾ ਜਾਂ ਮੇਰਾ, ਹੈ ਨਾ। ਹੁਣ ਆਪਾਂ ਮਸ਼ੀਨ ਲੈਂਦੀ ਆਪਣੇ ਮਨ 'ਚ ਇਹ ਨਹੀਂ ਵੀ ਉਹਨਾਂ ਦੀ ਚੱਲਦੀ ਆ, ਮੇਰੀ ਖੜੀ ਆ, ਇੱਕ ਪੈਸੇ ਦਾ ਵੀ, ਹੈ ਨਾ, ਜਿੱਥੇ ਕਰਮਾਂ 'ਚ ਬਾਈ ਜਿਹੜਾ ਲਿਖਿਆ ਉਹ ਆਪਾਂ ਨੂੰ ਮਿਲੇ ਜਾਣਾ। ਬਾਕੀ ਇਹ ਮੱਕੀ ਬਈ ਜਮਾਂ ਹੀ ਸੁੱਕੀ ਆ, ਤੁਹਾਨੂੰ ਮਾਲ ਵੀ ਦਿਖਾਉਂਦੇ ਆ ਨਾ ਮੱਕੀ ਜਿਹੜੀ ਕੱਢਦੀ ਆ। ਬਾਕੀ ਐਤਕੀ ਮੱਕੀ ਦੇ ਰੇਟ ਨੇ ਬਾਈ ਧੰਨ ਧੰਨ ਕਰਾਈ ਹੋਈ ਆ, ਅੱਜ ਦਾ ਤਾਜ਼ਾ ਰੇਟ ਆ ਜਿਹੜਾ ਨਾ, ਸ਼ਾਹਕੋਟ ਮੰਡੀ ਦੇ ਵਿੱਚ 1580 75 70,
ਇੰਨਾ ਰੇਟ ਲੱਗਿਆ। ਬਾਕੀ ਆਪਾਂ ਕਰਦੇ ਹਾਂ ਨਾ ਗੱਲ, ਦਿਖਾਉਂਦੇ ਨਾਲੇ ਤੁਹਾਨੂੰ ਮਸ਼ੀਨ ਚੱਲਦੀ, ਦਿਖਾਉਂਦੇ ਏਸੀ ਵਾਲੀ, ਨਾਲੇ ਤੁਹਾਨੂੰ ਦਿਖਾਉਂਦੇ ਹਾਂ ਮੱਕੀ ਵੀ ਸਫਾਈ। ਉਹ ਮੌਲੀ ਲੱਗਿਆ ਆਪਣਾ ਉੱਪਰ ਚੜ੍ਹਿਆ ਹੋਇਆ, ਬਾਕੀ ਐਂ ਬਾਈ ਮੱਕੀ ਨਰਮ ਹੋਵੇ ਨਾ, ਉੱਥੇ ਮਸ਼ੀਨ ਦਾ ਕੋਈ ਕਸੂਰ ਨਹੀਂ। ਆਹ ਤੁਹਾਡੇ ਸਾਹਮਣੇ ਆ ਮੱਕੀ, ਹੁਣ ਬੰਦਾ ਆਪਣਾ ਦਾਣੇ ਵੀ ਲੈ ਕੇ ਆਊਗਾ ਹੈ ਨਾ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਪਿੱਛੇ ਇੱਕ ਬੰਦੇ ਨੇ ਛੱਡ ਕੇ ਆਏ ਆ, ਬਾਕੀ ਮੁੰਡਾ ਨਵਾਂ ਆ ਜਿਹੜਾ ਮਸ਼ੀਨ ਵਧੀਆ ਚਲਾਉਂਦਾ। ਨੁੱਕਰੀ ਘੋੜੀ 2 ਨੰਬਰ ਕਰਦੀ ਚਾਲੂ, ਨੁੱਕਰੀ ਘੋੜੀ 3 ਨੰਬਰ ਕਰ ਦਾਂਗੇ ਕਾਲੂ ਚਾਲੂ। ਛੱਲੀਆਂ ਦੇ ਤਾਂ ਕਰ ਲਈ, ਬਾਕੀ ਆਪਾਂ ਲਵ ਦੇ ਵੱਢਣ ਆਏ ਹਾਂ ਨਾ, ਲਵ ਕਾ ਕਰਦੇ ਹਾਂ ਗੱਲ ਆਪਣੇ ਬਾਈ ਕੇ। ਹਾਂ ਵੀ ਲਵ ਕਿੱਦਾਂ ਬਾਈ? ਵਧੀਆ ਵਧੀਆ ਚੱਲਦਾ, ਠੀਕ ਆ, ਮਾਲ ਸਾਫ਼ ਆ, ਟੋਟਾ ਤਾਂ ਨਹੀਂ ਕਰਦੀ, ਚੈੱਕ ਕਰ ਲਿਆ ਹੈ? ਇਹਨਾਂ ਦੇ ਬਾਈ ਘਰ ਵਾਲੇ ਕੰਮ ਆਪਣੇ ਹਨਾ, ਇਹਨਾਂ ਨੂੰ ਆਪਾਂ ਨੀ ਸਮਝੀਦਾ ਵੀ ਇਹ ਬਗਾਨੇ ਆਪਣੇ ਘਰ ਦਾ ਵੱਢ ਕੇ ਭਾਂਜ ਯਾਰ, ਹਨਾ ਜੇ ਦਿਲ ਕਰੇ ਜਦੋਂ ਕਹਿ ਦੀ ਵੀ ਅੱਜ ਮਸ਼ੀਨ ਵਿਹਲੀ ਆ ਤਾਂ ਜਿਵੇਂ ਇਹਨਾਂ ਦੀ ਵਾਢੀ ਹੈ। ਕਿਹੜਾ ਬੀਜ ਲਾ ਵੇ? 1890 ਆ ਤਾਂ 99 1890 99 ਜਿਹੜਾ ਵੱਢ ਰਹੇ ਆਪਾਂ, ਹਾਂ ਤੇ ਜਿਹੜਾ ਸਾਹਮਣੇ ਆ ਉਹ 1890 ਆ। 1899 ਗਿਰਦੀ ਘੱਟ ਆ ਨਾ, ਉਹ ਜ਼ਿਆਦਾ ਗਿਰੀ ਹੋਈ ਆ, ਡਿਗਦੀ ਇਹਦੀ ਹੈਗੀ ਆ। ਹਾਂ ਚਲੋ ਰੇਟ ਐਤ ਕੀ ਅੱਜ ਕਹਿੰਦੇ ਬਹੁਤ ਤੇਜ਼ ਆ ਮੰਡੀ ਚ, 1500 1600 ਵੀਰੇ ਜੇ ਕਮੀ ਵੇਚੀ ਆ ਮੇਰਾ ਵੀਰ ਹੁਣ ਦੱਸ ਦੀ ਹਨਾ, ਬਾਅਦ ਚ ਸਾਡੇ ਮਾਲਕ ਨੂੰ ਨਾ ਕਹਿ ਨੀ ਤੇਰੀ ਮਸ਼ੀਨ ਨੁਕਸਾਨ ਕਰ ਗਈ। ਆ ਮਾੜਾ ਮੋਟਾ ਚਲੋ ਜੇ 1000 ਦਾਣੇ ਚ 2 ਦਾਣੇ ਆ ਤਾਂ ਉਹਦਾ ਵੀਰੇ ਇੰਨਾ ਕਦਾ ਆਉਣਾ, ਇੰਨੇ ਚੈਨਾ ਚ ਨੂੰ ਆਲੇ ਦੁਆਲੇ ਘੁੰਮ ਕੇ ਜਾਣਾ ਹਨਾ, ਉਹ ਆਪਾਂ ਕਹਿ ਨੀ ਸਕਦੇ। ਹਾਂ ਠੀਕ ਆ ਬਾਈ, ਝਾੜਾ ਤੇਰਾ ਨਿਕਲੂ ਵਧੀਆ, ਜਾਊ 60-65 ਨੂੰ। ਪਿਛਲੇ ਉਹ ਪਿੱਛੇ ਵੱਢੀ ਕਿੰਨੀ ਹੋਈ ਆ? ਉਹ ਪਹੁੰਚ ਗਈ 57 ਤੋਲੀ ਆਪਾਂ, 57 ਠੀਕ ਆ, ਨਿਕਲਿਆ ਉਹ ਮੱਕੀ ਨਰਮ ਬੜਾ ਲਿਆ ਤੁਸੀਂ ਉਹਨਾਂ ਕਾਹਲੀ ਕਹਿ ਕੇ, ਥੋੜੀ ਉਰਲੇ ਪਾਸੇ ਨੂੰ ਦੇਖਦੀ ਉਹ ਸੁੱਕੀ, ਪਰਲੇ ਪਾਸੇ ਨੂੰ ਹਰੀ ਦੀ ਨਹੀਂ ਨਹੀਂ ਠੀਕ ਆ, ਇਹਦੀ ਛੱਲੀ ਪੱਕੀ ਆ। ਹਾਂ ਤਾਂ ਪਾਣੀ ਲੇਟ ਬੰਦ ਕਰਿਆ ਨਾ, ਪਹਿਲਾਂ ਕਰਨਾ ਤਾਂ ਥੋੜਾ ਜਿਹਾ, ਬਾਕੀ ਨਹੀਂ ਦਾਣਾ ਤੇਰਾ ਟਾਂਡਾ ਦੇਲਾ ਜਮੀ ਲਾਗੇ ਲਾਉਣਾ ਸੁੱਕਿਆ ਹੋਇਆ। ਇਹ ਗਾਜਰਾਂ ਵਾਲੀ ਜਗ੍ਹਾ ਜਾ, ਇਹ ਗਾਜਰਾਂ ਵਾਲੀ ਜਾ ਫਿਰ ਡਬਲ ਜੋ ਤੁਸੀਂ ਤਾਂ ਹੁਣ ਐਂ ਕਹਿੰਦੇ ਇੱਕ ਖੇਤ 3 ਫਸਲਾਂ ਕੱਢ ਲਈਆਂ ਜੇ ਵੀ ਕਹਿੰਦੇ ਮੱਕੀ ਮਾੜੀ ਆ ਬਈ। ਗਾਜਰ ਕਿੰਨੀ ਹੋ ਜਾਂਦੀ ਆ ਕਿਲੇ ਚੋਂ? ਗਾਜਰ ਡਿਪੈਂਡ ਕਰਦਾ ਮੌਸਮ ਤੇ, ਅੱਜ ਕਿੰਨੀ ਆ ਐਤਕੀ, ਕਿੰਨੀ ਹੋਈ ਗਾਜਰ ਕਿਲੇ ਚੋਂ? ਕੁਇੰਟਲ ਵੀ ਨਿਕਲਦੀ ਆ ਤੇ 200 ਤੋਂ 10 ਵੀ ਜਾਂਦੀ। ਰੇਟ ਐਤਕੀ ਵਧੀਆ ਰਿਹਾ, ਬਚਿਆ ਕੁਝ ਕ? ਹਾਂ ਬਹੁਤ ਵਧੀਆ ਰਿਹਾ, ਠੀਕ ਰਹਿ ਗਿਆ, ਵਧੀਆ ਰਹਿ ਗਿਆ। ਦੱਸ ਆਏਗਾ ਤਾਂ 10-12 ਰੁਪਏ ਚੱਲੀ ਗਿਆ, 10-12 ਵੀ ਕੁਝ ਥੱਲੇ ਵੀ ਆ ਗਿਆ ਤਾਂ ਵੀ ਚਲਾ ਗਿਆ। ਠੀਕ ਬਾਈ, ਲੈ ਦੋ ਤਾਂ ਦੋ ਬੰਦੇ ਆਪਣੇ ਲਾਤੇ, ਬਸ ਠੀਕ ਆ। ਬਾਕੀ ਮਾਲ ਹੈ ਨਾ ਕਹਿ ਦੀਏ ਆਪਾਂ ਸਾਫ਼ ਬਾਈ, ਇਹ ਫਸਲ ਹੈ ਨਾ ਸੁੱਕੀ ਹੋਵੇ ਫਿਰ ਨਹੀਂ ਮਸ਼ੀਨ ਕੋਈ ਮਾੜੀ ਹੈਗੀ ਹੈ ਨਾ, ਜੇ ਫਸਲ ਗਿੱਲੀ ਆ ਫਿਰ ਤਾਂ ਗਹਿਣੇ ਕੀ ਆ ਨਾ, ਫਿਰ ਤਾਂ ਬਈ ਜਿੰਨੀਆਂ ਮਰਜ਼ੀ ਮਸ਼ੀਨਾਂ ਲਾ ਲਓ ਸਭ ਮੰਦੀਆਂ ਮੰਦੀਆਂ, ਮਾੜੀ ਕਹੂਗਾ ਜ਼ਿਮੀਦਾਰ ਹੈ ਨਾ। ਇਹ ਨਹੀਂ ਹੋਊਗਾ ਵੀ ਇਹਨੂੰ ਵਧੀਆ ਜਾਂ ਟੋਟਾ, ਤਾਂ ਵੀਰੇ ਹੁਣ ਤੁਹਾਨੂੰ ਪਤਾ ਇਹ ਫਸਲ ਇਹੋ ਜਿਹੀ ਆ ਜੇ ਕਣਕ ਝੋਨਾ ਹੈਗਾ ਨਾ ਵੀ ਆਪਾਂ ਨਰਮ ਵੱਢ ਲਾਂਗੇ
ਤਾਂ ਕਣਕ ਦੇ ਵਿੱਚ ਵੀ ਦਲੀਆ ਹੋ ਜਾਂਦਾ, ਅਰੇ ਝੋਨੇ ਦਾ ਹੈਗਾ ਨਰਮ ਵੱਢ ਲਾਂਗੇ ਤਾਂ ਮੋਕਚਰ ਜ਼ਿਆਦਾ ਆਉਂਦੀ, ਉਹਨੂੰ ਦੋ ਦਿਨ ਫੋਲ ਲੈਣਗੇ। ਪਰ ਜਿਹੜੀ ਮੱਕੀ ਦੀ ਫਸਲ ਆ, ਇਹ ਤਾਂ ਬਾਈ ਤੁਹਾਨੂੰ ਪਤਾ ਇਲਾਇਚੀ ਦਾਣਾ ਮੈਂ ਬਣਾ ਦਿੰਦੀ ਐਨ ਪੂਰਾ। ਬਾਕੀ ਆਹ ਖੇਤ ਆ ਨਾ ਜਿਹੜਾ ਵੱਢਣ ਲੱਗੇ ਹਾਂ ਆਪਾਂ, ਜਿਹਦੇ ਬਾਅਦ ਆਹ ਵੱਢਣਾ, ਇਹ ਥੋੜ੍ਹੀ ਜਿਹੀ ਗਿਰ ਗਈ, ਜਿੱਕਣਾ ਇੱਦਾਂ ਗਿਰੀਆਂ ਹੋਈਆਂ ਮੱਕੀਆਂ ਬਹੁਤਾਂ ਵਿੱਚ ਆ ਨਾ। ਚਲੋ ਆਪਾਂ ਚਾਦਰ ਲਾ ਕੇ ਆਪਣੀ ਮਸ਼ੀਨ ਨੂੰ, ਦਸ਼ਮੇਸ਼ ਨੂੰ ਇੱਕ ਬੰਦਾ ਛੱਡ ਦੇਣਾ, ਫਿਰ ਇਹੋ ਜਿਹਾ ਕੰਮ ਆ ਜਿਹੜਾ ਉਹਦੇ ਨਾਲ ਕੱਢ ਲਿਆ ਕਰਾਂਗੇ। ਚਲੋ ਨਾਲੇ ਮੇਰਾ ਤੋਰੀ ਫੁਲਕਾ ਚੱਲੀ ਜਾਊ, ਨਾਲੇ ਇੱਕ ਅੱਧਾ ਬੰਦਾ ਹੋਰ ਵਧਿਆ ਹੈ ਨਾ ਕੰਮੇ ਲੱਗਿਆ। 1890 ਜਿਹੜਾ ਬੀਜ ਆ ਵੱਢਣ ਲੱਗਿਆ। ਮੌਲੀ ਤੂੰ ਖੜ ਗਿਆ ਜਾਵੇਂ ਆ ਕੇ ਟੈਂਕ ਦੇਖ ਲੀਗੇ, ਉਹਨੂੰ ਕਹਿ ਬਾਈ ਨੂੰ ਕਹਿ ਇਹਦਾ ਥੋੜ੍ਹਾ ਜਿਹਾ ਡਾਂਡਾ ਭਾਰਾ, ਇਹਦਾ ਥੋੜ੍ਹਾ ਜਿਹਾ ਡਾਂਡਾ ਨਰਮ ਆ, ਥੋੜ੍ਹਾ ਜਿਹਾ ਬਰੀਕ ਆ, ਪਤਲਾ ਕਹਿੰਦੀ ਹੈ ਨਾ। ਇੱਧਰ ਲਾਤਾ ਸੋਨਾ ਲੀਕਾ ਲਿਆ ਕੇ, ਆਹ ਦੇਖ ਲਾ ਮਾਲ ਐ ਸੁੱਕਾ ਸਾਫ ਆ। ਹਾਂ ਸੁੱਕੀ ਦਾ ਹੈਂ ਉਹ ਗਾਂ ਨੂੰ ਮੱਕੀ ਦਾ ਕੰਮ ਛੱਡੇ ਦੇਣਾ ਯਾਰ। ਅੱਛਾ ਆਹੋ ਚੱਲ ਗੋ, ਅਗਲੇ ਨੂੰ ਆਇਆ ਹੁੰਦਾ ਝੋਨਾ ਲੇਟ ਹੁੰਦਾ ਨਾ। ਨਹੀਂ ਨਹੀਂ ਆਪਾਂ ਨੁਕਸਾਨ ਥੋੜੀ ਕਰਨਾ ਯਾਰ, ਮਸ਼ੀਨ ਆਪਣੀ ਬਦਨਾਮ ਹੋਣੀ ਆ। ਓ ਅਗਲੇ ਨੇ ਥੋੜੀ ਦੇਖਣਾ, ਅਗਲਾ ਕਮਾਇਨ ਵਾਲਾ ਧਿਆਨ ਦੇਗਾ ਤੁਸੀਂ ਯਾਰ, ਤੁਸੀਂ ਅੰਨੇ ਤੁਸੀਂ ਦੇਖਿਆ ਲੁੱਟਾ ਹੁੰਦਾ। ਆਹ ਮੱਕੀ ਨੀ ਸੁੱਕੀ ਆ, ਹੁਣ ਆਹ ਦੇਖ ਲਾ ਤੇਰੇ ਸਾਹਮਣੇ ਐਨ ਪਈ ਆ ਖਰੋਟ ਵਰਗੀ, ਮਾਲ ਐਨ ਕੱਢਿਆ ਦਾਣੇ ਸੋਨੇ ਵਰਗੇ ਵੀ ਹੈ ਨਾ। ਹੋਰ ਮੋਲੀ ਗਰਮੀ ਗੁਰਮੀ ਸਫਾਈ ਕਰੋ ਬਾਈ ਰੇਡੀਏਟਰ ਦੇ ਉੱਪਰ ਵਾਲੇ ਪੱਖੇ ਦੀ ਨਾ, ਹਵਾ ਮਾਰ ਕੇ ਰੱਖੋ। ਚਲੋ ਦਿਖਾਉਂਦੇ ਆ ਬਾਕੀ ਤੁਹਾਨੂੰ ਮਾਲ ਕੱਢ ਕੇ ਹੈ, ਮੰਗਾਓ ਨਾ ਮੈਂ ਜਾ ਕੇ ਲਾਉਣਾ ਕੰਮ, ਨੀ ਜਾਣਾ ਹੀ ਪੈਣਾ, ਮੈਂ ਜਾਣਾ ਅੱਜ ਰਾਤ ਨੂੰ ਦੇਖਦਾ। ਉਹਦੇ ਪੁਰਾਣੇ ਪੱਖੇ ਕਿੱਥੇ ਆਪਣੇ ਪਏ ਆ ਨਾ, ਦੇਣੇ ਆ ਉਹਨਾਂ ਨੂੰ, ਉਹ ਮੰਗਦੇ ਦਿਓ, ਉਹਨਾਂ ਦੇ ਬਦਲ ਹੋ ਜਾਣਗੇ, ਆਪਾਂ ਨਵੇਂ ਲਿਆਵਾਂਗੇ। ਦੂਜਾ ਟੈਂਕ, ਇੱਕ ਟੈਂਕ ਮਸ਼ੀਨ ਪਰੇ ਕੱਢਿਆ, ਇੱਕ ਇੱਧਰ ਕੱਢਤਾ, ਬਾਕੀ ਤੁਹਾਨੂੰ ਮਾਲ ਦਿਖਾ ਦਿੰਦੇ ਆ ਨਾ। ਬਾਕੀ ਪੜ੍ਹਾਈ ਆ ਨਾ ਮੁੰਡੇ ਐਨ ਵਧੀਆ ਆਪਣੇ ਜਿਹੜੇ ਕਰਦੇ ਆ, ਬਹੁਤ ਸੋਹਣੇ ਥੱਲੇ ਦੇ ਐਨ ਪੂਰਾ ਬਿਲਕੁਲ ਜੜ ਤੋਂ। ਹਾਂ ਹੋਰ ਕਾਲੇ ਕਿੱਦਾਂ ਬਾਈ, ਠੀਕ ਆ ਦਾਣੇ ਦੁਣੇ ਓਕੇ ਆ ਨਾ, ਡੱਲਾ ਫੜੀ ਬਾਈ ਦਾਣੇ ਫੜੀ ਬਾਈ ਵਿੱਚ ਤੇ ਲਾਓ ਜੀ ਬਾਈ, ਠੀਕ ਆ ਇਹਨਾਂ ਜਿਹੇ ਜੇ ਆਪਾਂ ਪਹਿਲੇ ਟੈਂਕ ਨੂੰ ਦੇਖੇ ਤੇ ਉਹੋ ਜਿਹੇ ਹੀ ਆ ਬਿਲਕੁਲ, ਬਾਕੀਆਂ ਵਿੱਚ ਵੀ ਛੱਲੀ ਕਿਤੇ ਨਾ ਇਹਦੀ ਕੋਈ ਹਿਸਾਬ ਕਿਤਾਬ ਜਾਂ ਮੱਕੀ ਦਾ ਸਮਝ ਨਹੀਂ ਲੱਗਦਾ ਵੀਰੇ ਕੀਤਾ ਕੀ ਜਾਵੇ, ਜਿਵੇਂ ਵਿੱਚ ਸੁੱਕਾ ਪੜਦਾ ਹੈ ਨਾ, ਸੁੱਕੇ ਦੇ ਨਾਲ ਹਰਾ ਪੜਦਾ ਜਿਹੜਾ, ਉਹਦੇ ਵਿੱਚ ਬੜੀ ਮਾਰ ਪੈਂਦੀ ਆ ਮਸ਼ੀਨ ਨੂੰ। ਵੈਸੇ ਇਹ ਤਾਂ ਮੱਕੀ ਠੀਕ ਆ ਸਾਰੀ, ਉਹ ਵੰਨੇ ਚੰਨੇ ਹੀ ਆ, ਮਾੜੀ ਮੋਟੀ ਦਿਖਦੀ ਹਰੇ ਪੜਦੇ ਵਾਲੀ, ਬਾਕੀ ਦਾ ਸਭ ਠੀਕ ਹੀ ਆ। ਦੂਜਾ ਟੈਂਕ ਕੱਢਤਾ ਮਸ਼ੀਨ ਨੇ, ਹੁਣ ਜੀ ਬਾਈ
ਦੋਨੇ ਮਸ਼ੀਨਾਂ ਦੂਜੀ ਵੀ ਲਿਆ ਕੇ ਕੋਲੇ ਲਾ ਲਈ। ਇੱਥੇ ਅੱਜ ਕੰਮ ਜਿਹਾ ਇਕੱਠਾ ਤਾ, ਮੈਂ ਕਿਹਾ ਦੋਵੇਂ ਅੱਜ ਇਕੱਠੀਆਂ ਲਾਓ। ਰਹਿ ਗਈ ਹੁਣ ਆਪਣੀ ਦਸ਼ਮੇਸ਼, ਉਹ ਵੀ ਹੁਣ ਸ਼ਹਿਰ ਮੈਨੂੰ ਲੱਗਦਾ ਵੀ ਲਿਆਉਣੀ ਓ ਪੈਣੀ ਹੈ। ਇੱਕ ਟਰਾਲੀ ਹੋਰ ਆ ਗਈ ਉੱਧਰ, ਉਹ ਖੜ ਗਈ ਲਾਣੇਦਾਰ ਦੀ ਟਰਾਲੀ ਆ ਕੇ, ਵੀ ਲਿਆਉਣੀ ਓ ਪੈਣੀ ਹੈ ਨਾ। ਲਿਆ ਕੇ ਜਿਹੜੇ ਨਾਲੇ ਦਾ ਕੰਮ ਨਿਬੜ ਜਾਓ ਨਾ ਬਾਈ, ਤੁਹਾਨੂੰ ਪਤਾ ਮੌਸਮ ਦਾ ਕੁਛ ਨਹੀਂ ਪਤਾ ਲੱਗਦਾ ਹੈਗਾ। ਇੱਧਰ ਵੀ ਹਜੇ ਦੋ ਗੇੜੇ ਲੱਗੇ ਆ, ਦਾਣੇ ਵਾਲੀ ਚੈਨ ਜੀ ਟੁੱਟ ਗਈ ਤੀ ਇਹਦੀ ਮਸ਼ੀਨ ਦੀ, ਉਹਦੇ ਕਰਕੇ ਥੋੜ੍ਹਾ ਜਿਹਾ ਹੋ ਗਿਆ ਉਹ ਟਾਈਮ ਖਰਾਬ ਜਿਹਾ। ਪੱਪੂ ਸਾਡਾ ਬਾਈ ਡਰਾਈਵਰ ਲੱਗ ਗਿਆ ਮੱਕੀ ਦੇ ਮਸ਼ੀਨ ਚਲਾਉਣ। ਇਹ ਡੀਲੈਕਸ ਮਾਡਲ ਆ ਨਾ ਜਿਹੜੀ ਇੰਡੈਕਸ ਦਾ, ਥੋੜ੍ਹਾ ਜਿਹਾ ਫਰਕ ਆ। ਇਹ ਮਸ਼ੀਨ ਜਿਹੜੀ ਹੈ ਵੀ ਹੈ ਨਾ, ਉਹ ਥੋੜ੍ਹੀ ਟੌਰ ਦੇ ਮਾਮਲੇ 'ਚ ਆ। ਬਾਕੀ ਇਹਦਾ ਬਾਈ ਤੁਸੀਂ ਮੰਨੋ ਨਾ ਮੰਨੋ ਹੈ ਨਾ, ਪੀਛੇ ਕੰਪਨੀ 'ਚੋਂ ਫਰਮਾ ਹੀ ਇੰਨਾ ਸੈੱਟ ਨਿਕਲਿਆ ਹੋਇਆ, ਜਿਹੜੀ ਫਸਲ ਜਿਹਨੂੰ ਮਰਜ਼ੀ ਜੋੜ ਦਈਏ, ਇਹ ਕਰਮ ਵਾਲੀ ਕਿਸੇ ਫਸਲ ਤੋਂ ਜਵਾਬ ਨਹੀਂ ਦਿੰਦੀ ਹੈਗੀ। ਆਹ ਲੱਗ ਗਈਆਂ ਦੋਨੇ ਇਕੱਠੀਆਂ। ਪੱਪੂ ਚਲਾ ਰਿਹਾ, ਰਾਜੂ ਕਿਵੇਂ ਆ? ਵੱਢੇ ਕਿੰਨੇ ਕਿੱਲੇ ਦੇ? ਕਿੰਨੇ ਕਿੱਲੇ ਵੱਢ ਗਏ ਪਿੱਛੇ? ਪੰਜ। ਆਹੋ 10 ਕਿੱਲੇ ਵੱਢੀ ਜਾਣ ਦਿਹਾੜੀ 'ਚ, ਬਹੁਤ ਆ। ਬਸ ਘੱਟਾ ਹੀ ਵੱਢਦੇ ਯਾਰ, ਹੈ ਨਾ। ਚਾਚੇ ਦੇ ਵੱਢਣੇ ਆ, ਮੰਨੇ ਤੇਰਾ ਭਤੀਜਾ ਹੀ ਨੀ ਮੰਨਿਆ, ਬਹੁਤ ਜ਼ੋਰ ਲਾਇਆ। ਕਹਿੰਦਾ ਮੈਂ ਉਹ ਲਾਈਟ ਨੀ ਕੱਟਣ ਦੇਣੀ ਸਵੇਰੇ, ਕਹਿੰਦਾ ਕਿਸੇ ਨੇ ਹੁਣ ਕੱਦ, ਕਹਿੰਦਾ ਨਾ ਬਸ ਆ। ਕਿੰਨੇ ਕੀ ਕਿੰਨਾ ਹੈ ਜਗ੍ਹਾ? ਬਸ ਗਏ ਨਾ, ਘੇਰਾ ਲੱਗਿਆ ਖੇਤ ਗਏ। ਚਿੰਤਾ ਨਾ ਕਰ, ਤੇਰਾ ਟਾਂਡਾ ਭਰ ਕੇ ਜਾਊਂਗਾ। ਮਸ਼ੀਨ ਕੱਢ ਲਿਆਵਾਂਗੇ, ਕੋਈ ਨੀ ਕੋਈ ਨੀ ਬਈ, ਵੇਖ ਰਹਿ, ਤੇਰਾ ਟਾਇਲਾਂ ਨੀ ਵਿੱਚ ਰਹਿਣ ਦਿੰਦੇ। ਉਹ ਲਿਆਇਆ ਮੁੰਡਾ ਮੋੜ ਕੇ ਏਸੀ ਵਾਲੀ ਉੱਧਰ ਦੇ। ਇਹ ਮੱਕੀ ਨਾਰਮਲ ਲੱਗਦੀ ਹੈ, ਕਹਾਂ ਲੱਗਦੀ ਆ? ਹਾਂ ਮੱਕੀ ਨਾਰਮਲ ਲੱਗਦੀ ਹੈ ਕਿ ਇਹ ਲੱਗਦੀ ਆ? ਹਾਂ ਸਾਲਾ ਮੱਕੀਆਂ ਦਾ ਨਰਮ ਉੱਧਰ ਵਿੱਚ ਹੀ ਛੱਡ ਗਿਆ, ਕਿਤੇ ਉਹ ਜਮੀ ਹਰੀ ਬਣਾਉਣ ਲੱਗਿਆ ਤਾ ਬਾਈ। ਇੱਧਰ ਮਾਰਦੀ ਆ ਟੈਂਕ ਕਾਰਨ ਭਰ ਕੇ, ਠੀਕ ਹੈ ਜੀ। ਉਹਦੀ ਟਰਾਲੀ ਉਹ ਖੜੀ ਆ, ਬਾਕੀ ਆਹ ਮਾਲ ਆ ਬਾਈ ਆਪਣੀ ਏ ਸੀ ਵਾਲੀ ਗੱਡੀ ਦਾ, ਹੈ ਨਾ ਬਾਈ। ਟੋਟਾ ਤਾਂ ਵਿੱਚ ਹੈ ਤਾਂ ਹੈ ਨਹੀਂ, ਕਹਿਣ ਨੂੰ ਆਪਾਂ ਜੋ ਕੋਈ ਮਰਜ਼ੀ ਕਰੀਏ ਹੈ ਨਾ। ਬਾਕੀ ਖੇਤ ਵਾਲੇ ਤਸੱਲੀ ਆ ਬਾਈ, ਹੈ ਨਾ, ਜਿਹਨੇ 6 ਮਹੀਨੇ ਪਾਲੀ ਆ ਉਹਨੇ ਜੇ ਕਹਿਤਾ ਤਾਂ ਟੋਟਾ ਤਾਂ ਮਸ਼ੀਨ ਬਾਈ ਕਿਹੜਾ ਚੱਲਣ ਦਿੰਦਾ, ਹੈ ਨਾ। ਇਹ ਮਸ਼ੀਨ ਹੈ ਆਪਣੀ ਏ ਸੀ ਵਾਲੀ ਦਾ ਮਾਲ ਆ। ਉੱਧਰ ਤੁਹਾਨੂੰ ਦੂਜੀ ਦਾ ਵੀ ਦਿਖਾਉਣਾ, ਰਾਜੂ ਬੈਠ ਗਿਆ ਹੁਣ, ਪੱਪੂ ਨਹੀਂ ਗਏ ਆ ਆਪਣੀ ਦਸ਼ਮੇਸ਼ ਲੈਣ, ਉੱਧਰ ਵੱਢਣੇ ਆ 2-1.5 ਕਿੱਲਾ ਗਾਹਾਂ ਵੱਢਣਾ। ਇੱਧਰ ਚੱਲਦੀ ਆਪਣੀ ਨੁਕਰੀ, ਬਾਕੀ ਤੁਸੀਂ ਹਿਸਾਬ ਲਾ ਲਓ ਵੀ ਮੱਕੀ, ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੰਨੀ ਕੁ ਬਾਈ ਤਕੜੇ ਹੋਊਗਾ। ਸਾਹਮਣੇ ਤੁਹਾਡੇ ਏ ਸੀ ਵਾਲੀ ਮਸ਼ੀਨ ਆ, ਔਗਰ ਹੈ ਨਾ, ਦੇ ਥੱਲੇ ਜਿਹੜੀ ਮਸ਼ੀਨ ਦਾ ਉਹ ਟਾਂਡੇ ਬਾਈ ਤੋੜ ਵੀ ਦਿੰਦਾ ਕਈ ਜਗ੍ਹਾ ਤਾਂ, ਜਦੋਂ ਪੁੱਠਾ ਗੇੜਾ ਲਾਉਂਦੇ ਆ ਨਾ ਤਾਂ ਟਾਂਡੇ ਤੋੜਨ ਨੂੰ ਜਾਂਦਾ ਉਹ। ਇਹ ਦੇਖ ਲਓ ਤੁਸੀਂ ਵੀ ਮੱਕੀ ਇੰਨੀ ਬਾਈ ਤਕੜੀ ਆ, ਨਾਲੇ ਖੇਤ ਨੀਵਾਂ, ਉਹ ਤਾਂ ਪਰਲੀ ਦੇਖੋ ਤੁਸੀਂ ਕਿੰਨੀ ਉਹ ਆ, ਉਹਦੇ ਉੱਪਰ ਨੂੰ ਜਾਂਦੀ ਆ ਉਹ। ਬਾਬੇ ਨਾਨਕ ਦੀ ਕਿਰਪਾ ਕਹਾਂ ਨਾ, ਵਧੀਆ ਦੋਨੇ ਮਸ਼ੀਨਾਂ ਬਹੁਤ ਸੋਹਣੀਆਂ ਕਹਿ ਦਈਏ ਆਪਾਂ, ਹੈ ਨਾ। ਵੀ ਜਿਵੇਂ ਮਾਲਕ ਮੂਹਰੇ ਅਰਦਾਸ ਕਰੀ ਦੀ ਆ ਨਾ ਮੂਰਤ ਕਰਨ ਸਮੇਂ, ਵੀ ਮਾਲਕਾ ਸੁੱਖ ਸ਼ਾਂਤੀ ਰੱਖੀ, ਵਧੀਆ ਹੈ ਨਾ। ਬੰਦੇ ਵੀ ਆਪਣੇ ਵਧੀਆ ਬਾਈ, ਹੈ ਨਾ। ਮੇਨ ਗੱਲ ਤਾਂ ਬਾਈ ਬੰਦਿਆਂ ਦੇ ਆ ਮੱਕੀ ਦੀ, ਜੇ ਤੁਹਾਡੇ ਬੰਦੇ ਨੂੰ ਹੈ ਨਾ ਪੜ੍ਹਾਈ ਕਰਨੇ ਆਉਂਦੀ ਆ ਤਾਂ ਸਮਝ ਲਓ ਤੁਹਾਡੀ ਮਸ਼ੀਨ ਨੂੰ ਬੱਲੇ ਬੱਲੇ ਹੀ ਹੋਊਗੀ। ਜੇ ਤੁਹਾਡੇ ਬੰਦੇ ਨੂੰ ਨਹੀਂ ਪੜ੍ਹਾਈ ਕਰਨੇ ਆਉਂਦੀ
ਕਣਕ ਝੋਨੇ ਵਾਂਗੂ ਨਹੀਂ ਬਾਈ ਮੱਕੀ ਵੱਢੀ ਜਾਂਦੀ। ਆਹ ਦੇਖੋ ਨਾ ਹੁਣ ਕਈ ਵਾਰੀ ਤਿੰਨ ਗੇੜੇ ਵੀ ਪਿੱਛੇ ਬੈਕ ਕਰ ਤਿੰਨ ਗੇੜੇ ਲਾਉਣੇ ਪੈ ਜਾਂਦੇ ਆ, ਉਹਦੇ ਕਰਕੇ ਹੈ ਨਾ ਵੀ ਸਿਸਟਮ ਜਿਹਾ ਸੈੱਟ ਕਰਨਾ ਪੈਂਦਾ। ਹੁਣ ਕਣਕ ਝੋਨਾ ਵੱਢਦੇ ਜਿਵੇਂ ਹੁਣ ਆਪਾਂ ਕੋਲ ਬੰਦੇ ਪੱਪੂ ਔਰ ਮੋਲੀ ਨਵੇਂ ਆਏ ਆ, ਪੰਜ ਚਾਰ ਦਿਨ ਇਹਨਾਂ ਨੂੰ ਪਹਿਲਾਂ ਐਨ ਪੂਰੇ ਮਸ਼ੀਨ 'ਤੇ ਰੱਖਿਆ ਰਾਜੂ ਨਾਲ, ਹੈ ਨਾ ਵੀ ਚਲੋ ਰਾਜੂ ਨੇ ਦੋ ਸੀਜ਼ਨ ਮੱਕੀ ਵੱਢੀ ਆ, ਬਾਕੀ ਰਾਜੂ ਆਪਣਾ ਪੂਰਾ ਟ੍ਰੇਨਡ ਆ, ਉੱਧਰ ਰਾਜੂ ਵਾਲੀ ਮਸ਼ੀਨ ਚੱਲਦੀ ਆ, ਇੱਧਰ ਵੀਰ ਆਪਣੇ ਕੋਲ ਨਵੀਂ ਆਈ ਜਿਹੜੀ ਹੈ ਨਾ ਏ ਸੀ ਵਾਲੀ, ਅਤੇ ਨਵਾਂ ਆਇਆ ਮੁੰਡਾ ਉਹ ਚੱਲਦਾ, ਚੱਲਣ ਤੋਂ ਬਾਅਦ ਜਿਹੜਾ ਕੰਮ ਆ ਹੈ ਨਾ ਖਿੱਚੀ ਤੁਰੀ ਉਹਨੇ ਆਉਣਾ। ਇੱਕ ਮਸ਼ੀਨ ਦੇਖਦੇ ਇੱਧਰ ਨੂੰ ਸੁਲਤਾਨਪੁਰ ਕਰੀ ਨੂੰ, ਅੱਜ ਬਣਾਉਂਦੇ ਹਾਂ ਪ੍ਰੋਗਰਾਮ ਆਪਣੇ ਵਾਲੀ ਕੱਢਦੇ ਹਾਂ। ਵੈਸੇ ਸੋਮਵਾਰ ਦੀ ਨਕੋਦਰ ਏਰੀਏ ਦੇ ਵਿੱਚ ਆਲੂ ਵਾਲੇ ਏਰੀਏ ਦੇ ਵਿੱਚ ਬਾਈ ਆਲੂ ਵਾਲਾ ਪਿੰਡ ਆ ਕੋਈ, ਜੇ ਉੱਥੇ ਮੇਰਾ ਵੀਰ ਹੈ ਨਾ ਵੀਡੀਓ ਦੇਖਣ ਵਾਲਾ ਹੋਵੇ ਕੋਈ ਜਾਂ ਕਿਸੇ ਦੇ 10-15 ਕਿੱਲੇ ਇਕੱਠੇ ਹੋਵੇ ਟੱਕ ਨਾ, ਤਾਂ ਫੋਨ ਲਾਇਓ ਵੀਰੇ ਜ਼ਰੂਰ 85-687-9000 ਨੰਬਰ 'ਤੇ, ਇਹ ਨੰਬਰ 'ਤੇ ਗੱਲ ਕਰਕੇ ਹੈ ਨਾ ਆਪਾਂ ਕਰ ਲਵਾਂਗੇ ਸੰਪਰਕ। ਉੱਧਰ ਮਸ਼ੀਨ ਜਾਣੇ ਆ 7-8 ਕਿੱਲੇ ਵੱਢਣ, ਜਿੱਥੇ ਮੇਰਾ ਵੀਰ ਹੋਰ ਹੋਇਆ ਵੀਡੀਓ ਦੇਖਣ ਵਾਲਾ ਕੋਈ ਹੈ ਨਾ ਨਾਮ ਦੱਸਿਓ, ਆਹ ਨੰਬਰ 'ਤੇ ਕਨੈਕਟ ਕਰ ਲਿਓ। ਚਲੋ ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾ ਵੀਰੇ ਜਿਹੜਾ ਤੁਸੀਂ ਇੰਨੀ ਸਪੋਰਟ ਕਰਦੇ ਹੋ। ਬਾਕੀ ਮੇਰੇ ਵੀਰ ਬਾਹਰ ਤੋਂ ਬਹੁਤ ਸਪੋਰਟ ਕਰਦੇ ਆ ਨਾ, ਜਿਵੇਂ NRI ਭਰਾ ਆਪਣੇ ਇੰਗਲੈਂਡ ਅਮਰੀਕਾ ਬਹੁਤ ਸਾਰਿਆਂ ਨੇ ਵਧਾਈਆਂ ਜਿਹੜੀਆਂ ਮਸ਼ੀਨ ਦੀਆਂ ਦਿੱਤੀਆਂ ਹੈ ਨਾ। ਮੈਂ ਕਹਿੰਦਾ ਵੀ ਇੰਨੀ ਰੂਹ ਖੁਸ਼ ਹੋਈ ਯਾਰ ਹੈ ਨਾ ਵੀ ਮੈਨੂੰ ਇੱਕ ਇੰਨੇ ਆਮ ਜਿਹੇ ਬੰਦੇ ਨੂੰ ਵੀ ਦੇਖਣ ਵਾਲੇ ਨਾ ਇੰਨਾ ਪਿਆਰ ਕਰਦੇ ਹਾਂ। ਬਾਈ ਤੁਹਾਨੂੰ ਪਤਾ ਹੀ ਹੈ ਨਾ ਵੀ ਆਪਾਂ ਸਿੱਧੇ ਸਾਦੇ ਬੰਦੇ ਹਾਂ, ਜਿਹੋ ਜਿਹੇ ਹੈਗੇ ਹਾਂ ਉਹੋ ਜਿਹੇ ਦਿਖਦੇ ਹਾਂ। ਇਹ ਨਹੀਂ ਹੈਗਾ ਵੀ ਕੱਪੜੇ ਬਦਲ ਲਈਏ ਹੈ ਨਾ, ਤਾਂ ਤੁਹਾਡੇ ਸਾਹਮਣੇ ਦੇਖ ਲਓ ਪਰਸੋਂ ਦੇ ਇਹੀ ਕੱਪੜੇ ਚੱਲਦੇ ਹਾਂ, ਤੁਸੀਂ ਵੀਡੀਓ 'ਚ ਦੇਖਦੇ ਹੋਣੇ ਆ, ਪਰਨੇ ਨੂੰ ਤਾਂ ਪਤਾ ਹੀ ਨਹੀਂ ਕਿੰਨੇ ਕਿੰਨੇ ਦਿਨ ਹੋ ਗਏ। ਬਾਕੀ ਐਂ ਵੀ ਕੰਮ ਦਾ ਲਾਲਚ ਹੁੰਦਾ ਨਾ ਵੀ ਕੰਮ ਕਰੀਏ, ਜ਼ਿਆਦਾ ਜ਼ਿਆਦਾ ਵਿਹਲੇ ਰਾਂ ਰਹੀਏ ਕੱਪੜੇ ਕੁੱਪੜਿਆਂ ਵੱਲ, ਤਾਂ ਤੁਹਾਨੂੰ ਪਤਾ ਦੁਨੀਆ ਹੀ ਦੇਖ ਰਹੀ ਆਪਾਂ ਕੀ ਦੇਖਣਾ। ਬਾਕੀ ਮੱਕੀ ਦਾ ਰੇਟ ਬਹੁਤ ਟੌਪ ਦਾ, ਅੱਜ ਦਾ ਮੱਕੀ ਨੇ ਰੇਟ 'ਤੇ ਧੰਨ ਧੰਨ ਕਰਾਈ ਵੀ ਆ, ਕਹਿੰਦੇ 1600-1500-1570-60-70 ਐਂ ਚੱਲਦੀ ਆ। ਚਲੋ ਠੀਕ ਹੈ ਜੀ, ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ, ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।